ਕੀ ਮਾਮਲਾ ਹੈ ਜੀ? ਵਾਲਾ ਜੀ, ਇਹ ਆਟੋ ਬਾਹਰ ਮੋਰਿੰਡੇ ਦਾ ਰਹਿਣ ਵਾਲਾ ਸੀਗਾ ਹਰਪ੍ਰੀਤ ਸਿੰਘ। ਇਹ ਕੋਈ ਸਵਾਰੀ ਨੂੰ ਲੈ ਕਰਕੇ ਇੱਥੇ ਆਇਆ ਸੀ। ਜਦੋਂ ਇਹਦੇ ਵਿੱਚ ਕੁੜੀ ਬੈਠੀ, ਕੁੜੀ ਦੇ ਨਾਲ ਇੱਕ ਮੁੰਡਾ ਤੇ ਬੈਠਾ ਸੀ। ਜਦੋਂ ਤੱਕ ਮੁੰਡਾ ਉੱਠਦਾ ਬੈਠਾ ਰਿਹਾ, ਇਹਦਾ ਕੰਡਕਟ ਠੀਕ ਸੀਗਾ। ਮੁੰਡੇ ਦੇ ਉਤਰਨ ਦੇ ਬਾਅਦ ਇਹਦਾ ਜਿਹੜਾ ਕੰਡਕਟ ਸੀਗਾ ਉਹ ਮਿਸਬਿਹੇਵ ਕੁੜੀ ਦੇ ਨਾਲ ਇਸਨੇ ਗੱਲਬਾਤ ਕਰਕੇ ਪਹਿਲੇ ਸ਼ੁਰੂ ਕੀਤੀ। ਉਹਦੇ ਬਾਅਦ ਇਹਦੀ ਜਿਹੜੀ ਗੱਲਬਾਤ ਸੀਗੀ, ਉਦੋਂ ਤੇ ਕੁੜੀ ਨੂੰ ਆਈਡੀਆ ਲੱਗਿਆ ਕਿ ਇਹਦੀ ਜਿਹੜੀ ਇੰਟੈਂਸ਼ਨ ਹੈ ਉਹ ਠੀਕ ਨਹੀਂ ਹੈ। ਉਹਨੇ ਆਟੋ ਤੋਂ ਉਤਰ ਕੇ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਕੁੜੀ ਦੀ ਲੱਤ ਫੜ ਕੇ ਔਰ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਔਰ ਇਹਨੇ ਆਪਣੇ ਆਪ ਨੂੰ ਵੀ ਕੁੜੀ ਨੂੰ ਡਰਾਉਣ ਦੀ ਵੀ ਕੋਸ਼ਿਸ਼ ਕੀਤੀ, ਬਟ ਕਿਸੇ ਤਰ੍ਹਾਂ ਦੀ ਕੁੜੀ ਉੱਥੋਂ ਚਲੀ ਗਈ। ਇਹਦੇ ਬਾਅਦ ਜਦੋਂ ਕੰਪਲੇਂਟ ਸਾਡੇ ਕੋਲ ਮਿਲੀ, SHO ਸਾਹਿਬ ਨੇ ਬੜੀ ਢੰਗ ਨਾਲ ਸਾਰੀ CCTV ਨੂੰ ਦੇਖਿਆ। CCTV ਨੂੰ ਦੇਖਣ ਦੇ ਬਾਅਦ ਆਟੋ ਦਾ ਨੰਬਰ ਆ ਗਿਆ, ਫਿਰ ਆਟੋ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ। ਦੇਖੋ, ਕੁੜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹਦੇ ਵਿੱਚ ਇਹ ਦੱਸਤਾ ਸੀ ਕਿ ਮਤਲਬ ਤਾਂ ਕਿ ਕੁੜੀ ਡਰ ਜਾਏ ਔਰ ਇਹਦੇ ਕਾਬੂ 'ਚ ਰਹੇ, ਤਾਂ ਉਸ ਵਾਸਤੇ ਇਸਨੇ ਕਿਸੇ ਗੈਂਗ ਦਾ ਨਾਮ ਦਿੱਤਾ ਸੀ ਨੀਅਰ ਗੈਂਗ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।